ਸਾਈਡ ਦੇਖ ਸਕਦੇ ਮਿੱਤਰੋ, ਲੌਕ ਆ ਹੈਂਡਲਾਂ ਵਾਲਾ ਵੀ, ਹੈਂਡਲਾਂ ਦੇ ਲੌਕ ਵੀ ਇਸ ਤਰ੍ਹਾਂ ਪਏ ਹੋਏ ਆ ਵਿੱਚ। ਠੀਕ ਹੈ, ਇੱਥੇ ਆ ਕੇ ਇੱਥੇ ਖੁੱਲ ਗਏ, ਇੱਥੇ ਇਹ ਬੰਦ ਹੋ ਗਏ, ਬੰਦ ਆ ਕੇ ਵੀ ਲੌਕ ਪੈਣਗੇ ਇੱਥੇ। ਠੀਕ ਹੈ, ਇਹਦੇ ਪ੍ਰੈਸ਼ਰ ਬ੍ਰੇਕ ਲੱਗੇ ਹੋਏ ਆ ਇਹਦੇ। ਠੀਕ ਹੈ, ਬ੍ਰੇਕ ਸਿਸਟਮ ਵੀ ਕਰਤਾ, ਜਿਵੇਂ ਵੀ ਆਪਾਂ ਮੂਹਰੇ ਗੱਡੀ ਨੂੰ ਬ੍ਰੇਕ ਲਾਵਾਂਗੇ ਨਾਲੇ ਇਹਨੂੰ ਬ੍ਰੇਕ ਬਰਾਬਰ ਲੱਗਣਗੇ। ਠੀਕ ਹੈ, ਤੇ ਇਹ ਚੀਜ਼ ਲੌਕ ਲੱਗਣਿਆ ਹੈਗਾ, ਇਹ ਇਸ ਤਰ੍ਹਾਂ ਅੱਗੇ ਪੈ ਜਾਣਾ ਇਹ। ਠੀਕ ਹੈ, ਇੱਥੇ ਪੈ ਗਿਆ ਤੇ ਲੌਕ ਹੋ ਗਈ, ਮਤਲਬ ਬ੍ਰੇਕ ਨਹੀਂ ਲੱਗਣਗੇ ਇਹਦੇ। ਇਹ ਹੈਗਾ 7 ਫੁੱਟ ਬਾਈ, ਠੀਕ ਹੈ, ਉਤੋਂ 5 ਫੁੱਟ, 7x5 ਦੀ ਹੈ ਜੀ। ਠੀਕ ਹੈ, 7x5 ਦੀ ਮਗਰ ਗੱਡੀ ਤੇ ਪਈ ਵੀ ਆ, ਡਈ ਛੱਡ ਦੋ, ਇੱਥੋਂ ਆ ਲੌਕ ਲਾ ਦੇ, ਉਹਨਾਂ ਨੇ ਲੌਕ ਲਾ ਦੇ ਤੇ ਮੈਂ ਚਾਦਰੀ ਮੋੜ ਦਿੰਦਾ ਨਾਲ, ਜਿਵੇਂ ਆਰਮੀ ਦੀ ਟਰਾਲੀ ਦੀ ਹੁੰਦੀ ਹੈ ਨਾ ਚਾਦਰ, ਇੱਕ ਚਾਦਰੀ ਸ਼ੀਟ ਮੁੜੀ ਹੁੰਦੀ ਹੈ ਇਸ ਤਰ੍ਹਾਂ। ਇਹ ਕਿੰਨਾ ਕੁ ਵਜਨ ਵਿੱਚ ਪਾ ਸਕਦੇ ਆ ਆਪਾਂ ਟਰਾਲੀ? ਵਜਨ ਇਹਦਾ ਜੀ ਹੈਗਾ 1 ਟਨ ਤੋਂ ਉੱਪਰ ਪਾ ਸਕਦੇ ਵਜਨ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਆਪਣੇ ਫੇਸਬੁੱਕ ਪੇਜ ਤੇ, ਯੂਟਿਊਬ ਚੈਨਲ ਤੇ ਸਾਰਿਆਂ ਦਾ। ਆਪਾਂ ਖੜੇ ਆ ਤਲਵੰਡੀ ਸਾਬੋ ਦੇ ਵਿੱਚ ਗੁਰੂ ਨਾਨਕ ਸਟੀਲ ਵਰਕਸ ਵਾਲੇ ਮਿਸਤਰੀ ਸੁਖਵਿੰਦਰ ਸਿੰਘ ਕੋਲ, ਜਿਹੜਾ ਕਿ ਪਹਿਲਾਂ ਆਪਾਂ ਬਾਈ ਦੀ ਵੀਡੀਓ ਪਾਈ ਸੀ ਮਿਲਟਰੀ ਵਾਲੀਆਂ ਟਰਾਲੀਆਂ ਤਿਆਰ ਕਰਦਾ। ਤੇ ਸਭ ਤੋਂ ਵੱਡੀ ਗੱਲ, ਜੇ ਤੁਸੀਂ ਮਿਲਟਰੀ ਵਾਲੀ ਟਰਾਲੀ ਕੁਛ ਵੀਰਾਂ ਨੂੰ ਆਇਆ ਹੁੰਦਾ ਵੀ ਆਪਾਂ ਮਿਲਟਰੀ ਵਾਲਿਆਂ ਤੋਂ ਲੈ ਲਈ, ਉਹ ਟਰਾਲੀ ਕਈ ਥਾਵਾਂ ਤੋਂ ਟੁੱਟੀ ਭੱਜੀ ਵੀ ਹੁੰਦੀ ਆ, ਜਿਵੇਂ ਕਿ ਰਿਪੇਅਰ ਦੀ ਲੋੜ ਪੈਂਦੀ ਆ ਤੇ ਮੰਨ ਲਓ ਵੀ 19 ਰੁਪਏ ਬੰਦੇ ਦੇ ਬਾਅਦ 'ਚ ਨਹੀਂ ਪਤਾ ਉੱਤੇ ਲੱਗ ਜਾਣਾ। ਹਾਂ, ਲੱਗ ਤੇ ਇਹ ਮਿਸਤਰੀ ਜਮਾ ਤਸੱਲੀ ਦੇ ਨਾਲ ਟਰਾਲੀ ਦੇ ਵਿੱਚ ਮਿਲਟਰੀ ਜਿੰਨੇ ਫੀਚਰ ਪਾ ਕੇ ਟਰਾਲੀ ਤਿਆਰ ਕਰਦਾ। ਤੇ ਸਾਰੀ ਗੱਲਬਾਤ ਸੁਖਵਿੰਦਰ ਸਿੰਘ ਨਾਲ ਆਪਾਂ ਕਰਾਵਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਆ ਆਪਣੇ ਵੀਰ ਤੁਹਾਡੇ ਛੋਟੇ ਚੁਆ ਚੈਨਲ ਦਾ, ਸਵਾਗਤ ਹੈਗਾ ਜੀ। ਸਭ ਤੋਂ ਪਹਿਲਾਂ ਜੇ ਆਪਾਂ ਆਪਣੀ ਲੋਕੇਸ਼ਨ ਦੀ ਗੱਲ ਕਰੀਏ, ਐਡਰੈਸ ਕੀ ਆ ਜੀ ਆਪਣਾ, ਖੜੇ ਕਿੱਥੇ ਜੀ ਆਪਾਂ? ਆਪਾਂ ਤਲਵੰਡੀ ਸਾਬੋ ਡਿਸਟ੍ਰਿਕਟ ਬਠਿੰਡਾ ਜੀ, ਰਾਮਾ ਰੋਡ ਦੇ ਉੱਪਰ ਖੜੇ ਆ, ਨੇੜੇ ਗੁਰੂ ਕਾਸੀ ਕਾਲਜ ਹੈ ਜੀ। ਠੀਕ ਹੈ, ਗੁਰੂ ਕਾਸੀ ਕਾਲਜ ਦੇ ਨੇੜੇ ਤੇ ਰੋਡ ਦੇ ਉੱਤੇ ਆ ਰਾਮੇ ਨੂੰ, ਰਾਮਾ ਰੋਡ ਦੇ ਉੱਤੇ ਰਾਮੇ ਨੂੰ ਰੋਡ ਜਾਂਦਾ ਜੀ, ਤੇ ਉੱਤੀ ਵੀਰ ਦੀ ਵਰਕ ਸ਼ਾਪ ਆ। ਤੇ ਹੁਣ ਜੇ ਆਹ ਟਰਾਲੀ ਦੀ ਗੱਲ ਕਰੀਏ, ਇਹਦਾ ਸਾਈਜ਼ ਕੀ ਹੈ ਜੀ? ਸਭ ਤੋਂ ਪਹਿਲਾਂ ਟਰਾਲੀ ਦਾ ਇਹਦਾ 3.5 ਫੁੱਟ ਬਾਈ 6.5 ਫੁੱਟ ਸਾਈਜ਼ ਹੈ ਜੀ। ਠੀਕ ਹੈ, 3.5 6.5 6। ਸਾਢੇ ਛੇ ਜੀ, ਠੀਕ ਹੈ। ਤੇ ਇਹਦੇ ਤੇ ਆਪਾਂ ਜਿਹੜਾ ਲੋਹਾ ਲਾਉਣੇ ਆ ਉਹ ਕਿਹੜਾ ਲੱਗਿਆ? ਲੋਹਾ ਟਾਟਾ ਦਾ ਜੀ ਲਾਉਣੇ। ਠੀਕ ਹੈ, ਟਾਟਾ ਦੀ ਸਾਰੀ ਚਾਦਰ ਲਾਉਣੇ। ਠੀਕ ਹੈ, ਟਾਟਾ ਦੀ ਚਾਦਰ ਲੱਗੀ ਵੀ ਆ, ਕਰੀ ਵਿੱਚ ਮਾਰਦੀ ਕੈਮਰਾ। ਤੇ ਮਿਸਤਰੀ ਵੀ ਦੀ ਇੱਕ ਖੂਬੀ ਹੋਰ ਆ, ਜਿਵੇਂ ਕਿਹਦੀ ਆ ਸਾਈਡਾਂ ਤੇ ਗੀਰ ਆਪਾਂ ਦੇਖਦੇ ਆ ਵੀ ਐਂਕਲ ਜਾਂ ਅੱਡ ਲਾ ਦਿੰਦੇ ਆ ਪੀਸ, ਇਹ ਮਿਸਤਰੀ ਬਾਈ ਆਪਣਾ ਚਾਦਰੀ ਮੋੜ ਦਿੰਦਾ ਨਾਲ, ਜਿਵੇਂ ਆਰਮੀ ਦੀ ਟਰਾਲੀ ਦੀ ਹੁੰਦੀ ਹੈ ਨਾ ਚਾਦਰ, ਇੱਕ ਚਾਦਰੀ ਸ਼ੀਟ ਮੁੜੀ ਹੁੰਦੀ ਹੈ ਇਸ ਤਰ੍ਹਾਂ, ਇਹ ਸਾਰੀ ਇੱਕੋ ਸ਼ੀਟ ਮੁੜੀ ਹੋਈ ਹੈ। ਆਰਮੀ ਦੀ ਐਵੇਂ ਲੱਗੀ ਹੈਗੀ। ਠੀਕ ਹੈ, ਆਰਮੀ ਐਵੇਂ ਤਿਆਰ ਕਰਦੇ। ਹਾਂ ਹਾਂ, ਠੀਕ ਹੈ। ਇਹਦੇ ਨਾਲ ਇੱਕ ਚੀਜ਼ ਤਾਂ ਦੋ ਕੰਮ ਹੋ ਜਾਂਦੇ ਨੇ, ਤਾਂ ਸਫਾਈ ਵੱਧ ਆ ਜਾਂਦੀ ਹੈ, ਸਫਾਈ ਵੱਧ ਆ ਜਾਂਦੀ ਹੈ ਤੇ ਸੋਹਣੀ ਲੱਗਦੀ ਹੈ, ਜਰ ਨਹੀਂ ਪੈਂਦੀ ਉਹ, ਜਦੋਂ ਪਾਈਪ ਦੇ ਨਾਲ ਸਪੇਸ ਪੈ ਜਾਂਦਾ ਉਹ ਜਰ ਪੈ ਜਾਂਦੀ ਹੈ। ਠੀਕ ਹੈ, ਜਰ ਵੀ ਨਹੀਂ ਪੈਂਦੀ। ਤੇ ਹੁਣ ਜਦੋਂ ਆਪਾਂ ਹੁੱਕ ਵਾਲੇ ਪਾਸਿਓਂ ਲੱਗੀਏ, ਇਹਦੇ ਵਿੱਚ ਵੀ ਤੁਹਾਡੇ ਖਾਸਾ ਕੁਝ ਲਾਇਆ ਪਿਆ, ਇਹਦੇ ਬਾਰੇ ਦੋ ਜਾਣਕਾਰੀ, ਜਿਵੇਂ ਇਹ ਆਪਣੇ ਹੈਂਡਲ ਹੋ ਗਏ ਜੀ। ਹਾਂਜੀ, ਚੱਕ ਕੇ ਇਹਨੂੰ ਲੈ ਜਾ ਸਕਦੇ ਜਿੱਥੇ ਮਰਜ਼ੀ ਆਪਾਂ ਲੈ ਜਾਣਾ, ਇਹਨੂੰ ਚੱਕ ਕੇ ਇਹਨੂੰ ਲੈ ਜਾ ਸਕਦੇ ਹੈਂਡਲ, ਇਹ ਹੈਂਡਲ ਹੋ ਗਏ। ਠੀਕ ਹੈ, ਮਤਲਬ ਦੋ ਬੰਦੇ ਲੱਗ ਜਾਣ ਜੇ ਵਜਨ ਵੀ ਆ ਦੋਨੇ ਪਾਸੇ, ਚੱਕ ਕੇ ਜਿੱਥੇ ਮਰਜ਼ੀ ਲੈ ਜਾ। ਹਾਂਜੀ, ਜਿੱਥੇ ਮਰਜ਼ੀ ਚੱਕ ਕੇ ਲੈ ਜਾ ਸਕਦੇ ਆਪਾਂ ਇਹਨੂੰ। ਉਹ ਤੋਂ ਬਾਅਦ ਇਹ ਹੁੱਕ ਹੈ, ਇਹਦੇ ਸੰਬੰਧ ਹੈਗਾ ਬ੍ਰੇਕਾਂ ਨਾਲ। ਠੀਕ ਹੈ, ਇਹਦੇ ਪ੍ਰੈਸ਼ਰ ਬ੍ਰੇਕ ਲੱਗੇ ਹੋਏ ਆ ਇਹਦੇ। ਠੀਕ ਹੈ, ਬ੍ਰੇਕ ਸਿਸਟਮ ਵੀ ਕਰਤਾ, ਜਿਵੇਂ ਵੀ ਆਪਾਂ ਮੂਹਰੇ ਗੱਡੀ ਨੂੰ ਬ੍ਰੇਕ ਲਾਵਾਂਗੇ ਨਾਲੇ ਇਹਨੂੰ ਬ੍ਰੇਕ ਬਰਾਬਰ ਲੱਗਣਗੇ। ਠੀਕ ਹੈ, ਲੈ ਵੀ ਮਿੱਤਰੋ, ਚਾਹੇ ਜਿੰਨਾ ਮਰਜ਼ੀ ਵਜਨ ਪਾਇਆ, ਜਿਵੇਂ ਕਿਹਦੀ ਧੱਕਾ ਨਹੀਂ ਮਾਰਦੀ ਮੂਹਰੋਂ, ਧੱਕਾ ਨਹੀਂ ਮਾਰਦੀ, ਵਜਨ ਪਾਇਆ ਹੋਏ ਨਹੀਂ ਹੈ ਗੱਡੀ ਨੂੰ ਵੀ ਮੂਹਰਲੀ ਗੱਡੀ ਨੂੰ ਧੱਕਾ ਮਾਰੂਗੀ। ਜਦੋਂ ਆ ਹੁੱਕ ਇਧਰੋਂ ਧੱਕੀ ਗਈ ਵਜਨ ਦੇ ਨਾਲ, ਇਹ ਇਹਦੇ 'ਚ ਜਾਊ ਤੇ ਆਹ ਮਗਲੀ ਸਾਈਡ ਆ ਗਿਆ, ਤਾਂ ਜਿਵੇਂ ਕਿਹਦੀ ਸਰਬਾ ਲੱਗਿਆ। ਹਾਂ, ਸਰਬਾ ਲੱਗਿਆ ਹੋਇਆ ਜੀ, ਪ੍ਰੈਸ਼ਰ ਬ੍ਰੇਕ ਆ ਜੀ, ਪ੍ਰੈਸ਼ਰ ਬ੍ਰੇਕ ਲੱਗੇ ਪਿਆ ਤੇ ਬ੍ਰੇਕ ਆਟੋਮੈਟਿਕ ਲੱਗ ਜਾਂਦਾ। ਹਾਂ, ਵੱਡੇ ਡਰਮ ਲੱਗੇ ਹੋਏ ਆ ਇਹਦੇ। ਠੀਕ ਹੈ, ਤੇ ਜੇ ਕਈ ਵਾਰੀ ਬੰਦੇ ਨੇ ਜਿਵੇਂ ਆਪਾਂ ਦੇਖਦੇ ਵੀ ਧੱਕਣੀ ਹੋਵੇ ਇੱਥੋਂ ਜਾ ਕੇ ਮਾਗਰ ਨੂੰ, ਹਾਂ ਉਹਦੇ ਵਾਸਤੇ ਇਹ ਚੀਜ਼ ਲੌਕ ਲੱਗਣਾ ਹੈਗਾ, ਇਹ ਇਸ ਤਰ੍ਹਾਂ ਅੱਗੇ ਪੈ ਜਾਣਾ ਇਹ। ਠੀਕ ਹੈ, ਇੱਥੇ ਪੈ ਗਿਆ ਤੇ ਲੌਕ ਇਹ ਲੌਕ ਹੋ ਗਈ, ਮਤਲਬ ਬ੍ਰੇਕ ਨਹੀਂ ਲੱਗਣਗੇ ਇਹਦੇ। ਠੀਕ ਹੈ, ਨਹੀਂ ਆਪਾਂ ਨੂੰ ਜਿਵੇਂ ਕਿਹਦੀ ਆਦਤ ਹੁੰਦੀ ਨਾ ਬੰਦੇ ਨੂੰ ਵੀ ਇੱਥੋਂ ਹੁੱਕ ਤੋਂ ਫੜ ਕੇ ਪਿੱਛੇ ਟਰਾਲੀ ਧੱਕਣੀ ਕਰਨੀ ਆ, ਤਾਂ ਉਦੋਂ ਆ ਲੌਕ ਲਾ ਲੇ, ਉਹ ਲੌਕ ਲਾ ਲੇ। ਠੀਕ ਹੈ, ਲੌਕ ਲਾ ਲੇ ਤਾਂ ਬ੍ਰੇਕ ਨਹੀਂ ਲੱਗੂ, ਬ੍ਰੇਕ ਨਹੀਂ ਲੱਗਣੀ। ਠੀਕ ਹੈ, ਜਾਂ ਆਹ ਹੈਂਡਲ ਆ ਗਿਆ ਹਨਾ, ਇਹ ਵੀ ਇੱਥੇ ਆ ਲੌਕ ਵਿੱਚ ਪੈ, ਇਹਦੇ ਹੈਂਡਲ ਵੀ ਲੌਕ ਪੈਂਦੇ, ਇਹ ਵੀ ਪਿੱਛੇ ਨਹੀਂ ਹਟਦੇ। ਇਧਰਲੀ ਸਾਈਡ ਦੇਖ ਸਕਦੇ ਮਿੱਤਰੋ, ਲੌਕ ਆ ਹੈਂਡਲਾਂ ਵਾਲਾ ਵੀ, ਹੈਂਡਲਾਂ ਦੇ ਲੌਕ ਵੀ ਇਸ ਤਰ੍ਹਾਂ ਪਏ ਹੋਏ ਆ ਵਿੱਚ। ਠੀਕ ਹੈ, ਇੱਥੇ ਆ ਕੇ ਇੱਥੇ ਖੁੱਲ ਗਏ, ਇੱਥੇ ਇਹ ਬੰਦ ਹੋ ਗਏ, ਬੰਦ ਆ ਕੇ ਵੀ ਲੌਕ ਪੈਣਗੇ ਇੱਥੇ। ਠੀਕ ਹੈ, ਮਤਲਬ ਜਿੱਥੇ ਮਰਜ਼ੀ ਲੈ ਜਾਓ, ਹਾਂ, ਤੇ ਇੱਥੋਂ ਧੱਕ ਸਕਦੇ ਤੇ ਮੂਹ ਨੂੰ ਖਿੱਚਣੀ ਆ। ਤੇ ਹੁਣ ਵਜਨ ਦੀ ਗੱਲ ਕਰੀਏ, ਕਿੰਨਾ ਕੁ ਵਜਨ ਵਿੱਚ ਪਾ ਸਕਦੇ ਆ ਆਪਾਂ ਟਰਾਲੀ? ਵਜਨ ਇਹਦਾ ਜੀ
ਹੈਗਾ 1 ਟਨ ਤੋਂ ਉੱਪਰ ਪਾ ਸਕਦੇ ਵਜਨ ਆਪਾਂ 1 ਟਨ ਤੋਂ 1200 ਕਿਲੋ ਦੇ ਵਿੱਚ ਠੀਕ ਹੈ 1 ਟਨ ਤੋਂ ਜਿਵੇਂ ਕਹੀਏ 1200 ਕਿਲੋ 1000 ਤੋਂ 1200 ਕਿਲੋ ਦੇ ਵਿੱਚ 1200 ਕਿਲੋ ਤੱਕ ਵਜਨਾ ਜਿਹੜਾ ਤੁਸੀਂ ਪਾ ਸਕਦੇ ਹੋ ਤੇ ਹੁਣ ਜੇ ਦੁਬਾਰ ਦੇ ਵਿੱਚ ਗੱਲ ਕਰੀਏ ਤਾਂ ਆਪ ਦਾ ਵਜਨ ਕਿੰਨਾ ਹੈਗਾ ਜੀ ਟਰਾਲੀ ਦਾ ਇਹਦਾ ਆਪ ਦਾ 4 ਕੁਇੰਟਲ weight ਹੈਗਾ ਜੀ ਠੀਕ ਹੈ 4 ਕੁਇੰਟਲ weight ਆ ਤੇ ਬਾਕੀ ਜਿਹੜਾ ਇਹਦੇ ਹਿੱਸਾ ਲੱਗਿਆ ਵਾ ਥੱਲੇ ਹਿੱਸਾ ਅਸੀਂ ਆਪ ਤਿਆਰ ਕਰਦੇ ਹਾਂ ਪੂਰੀ ਹੈਵੀ ਪੈਪ ਦਾ ਠੀਕ ਹੈ ਹੈਵੀ ਪੈਪ ਦਾ ਪੂਰੀ A ਕਲਾਸ ਪੈਪ ਦਾ ਹੈਵੀ ਦਾ ਪੂਰਾ ਆਪ ਤਿਆਰ ਕਰਦੇ ਆ ਤੇ ਆ ਵੱਡੇ ਬੂਟੇ ਦੇਖ ਸਕਦੇ ਹੋ ਬਟੇ ਵੀ ਵਧੀਆ 1 ਨੰਬਰ ਬਟੇ ਹੁੰਦੇ ਸਾਰੇ ਵਧੀਆ ਮਟੀਰੀਅਲ ਹੁੰਦਾ ਤੇ ਜਿਵੇਂ ਆਪਾਂ ਕੱਲੇ ਹਿੱਸੇ ਦੀ ਗੱਲ ਕਰੀਏ ਜਿਵੇਂ ਹਿੱਸਾ ਤੁਸੀਂ ਆਪਾਂ ਨਾਰਮਲ ਦੇਖਦੇ ਆ ਜਿਵੇਂ ਬੰਦੇ ਲਾ ਦਿੰਦੇ ਆ ਉਹ ਤਾਂ ਬੜੇ ਨਾਲ ਹਾਂ ਆ ਕਮਾਲੀਆਂ ਇਹਨਾਂ ਦੇ ਵਿੱਚ ਫਰਕ ਕੀ ਆ ਮਤਲਬ ਟਰਾਲੀ ਦੀ ਲਾਈਫ ਦੇ ਵਿੱਚ ਵਾਧੇ ਦਾ ਫਰਕ ਪੈਂਦਾ ਬਹੁਤ 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 ਜ਼ਿਆਦਾ ਉਹ ਹਲਕਾ ਹੁੰਦਾ ਹਿੱਸਾ ਠੀਕ ਹੈ ਜਿਹੜਾ ਆਪਾਂ ਰੈਡੀਮੇਡ ਲੈਣੇ ਆ ਉਹ ਹਲਕਾ ਹੁੰਦਾ ਇਹ ਜੀ ਆਪ ਤਿਆਰ ਕਰਦੇ ਆ ਠੀਕ ਹੈ ਹਾਂ ਇਹ ਪੂਰਾ ਹੈਵੀ ਦੇ ਵਿੱਚ ਤਿਆਰ ਕਰਦੇ ਜਿਵੇਂ ਮਿਸਤਰੀ ਜੀ ਆਪਾਂ ਹੁਣ ਪੱਟੇ ਲੱਗੇ ਹੋਏ ਆ ਜੀ ਹਾਂਜੀ ਇਹਦੇ ਨਾਲ ਜਿਵੇਂ ਪੱਟੇ ਲਾਉਣ ਨਾਲ ਤੇ ਸਿੰਪਲੀ ਸਿਨਾ ਲਾਈਫ ਦਾ ਫਰਕ ਜਿਵੇਂ ਇਹਦੀ ਲਾਈਫ ਵਧਦੀ ਹੈ ਕਿ ਪੱਟੇ ਨਾਲ ਹਾਂ ਵਧਦੀ 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 ਹੈ ਮਤਲਬ ਖੜਕਦੀ ਨਹੀਂ ਟਰਾਲੀ ਖੜਕਦੀ ਨਹੀਂ ਟਰਾਲੀ ਜਿਵੇਂ ਵਜਨ ਵੁਜਨ ਪਾਇਆ ਵਾ ਮਿੱਤਰੋ ਝਟਕਾ ਨਹੀਂ ਲੱਗਦਾ ਟਰਾਲੀ ਨੂੰ ਤੇ ਟਰਾਲੀ ਦੇ ਬਹੁਤ ਫਾਇਦੇ ਆ ਜਿਵੇਂ ਘਰੇਲੂ ਬੰਦੇ ਨੂੰ ਕੋਈ ਕੰਮ ਕਰ ਜਾਂ ਥੋੜੀ ਜਿਵੇਂ ਰੇ ਆਪਣਾ ਰੇ ਸੁੱਟਣੀਆਂ ਹਨ ਉਹ ਚੀਜ਼ਾਂ ਵਾਸਤੇ ਵਧੀਆ ਬੋਰੀਆਂ ਲਿਆਉਣੀਆਂ ਬਾਕੀ ਹੋਰ ਬਾਗ ਬੂਗ ਸਿਸਟਮ ਬਾਗ ਦੇ ਵਿੱਚ ਵੀ ਆਪਾਂ ਕੰਮ ਲੈ ਸਕਦੇ ਹਾਂ ਠੀਕ ਹੈ ਹੋਰ ਵੀ ਆਪਾਂ ਹਰਾ ਹਰਾ ਵਗੈਰਾ ਜਾਂ ਕੋਈ ਹੋਰ ਕੰਮ ਕੋਈ ਵੀ ਕੰਮ ਆਪਾਂ ਖੇਤੀ ਦੇ ਕੰਮ ਦੇ ਵਿੱਚ ਲੈ ਸਕਦੇ ਹਾਂ ਤੇ ਇਧਰਲੀ ਸਾਈਡ ਇੱਕ ਵਾਰੀ ਕੈਮਰਾ ਮਾਰਦੀ ਬਾਈ ਦਾ ਕੰਟੈਕਟ ਨੰਬਰ ਵੀ ਹੈ ਬਾਕੀ ਆਪਾਂ ਸਕਰੀਨ ਦੇ ਉੱਤੇ ਵੀ ਲਾ ਦਾਂਗੇ 9443 5192 94178050005 ਮਗਰਲੇ ਠੀਕ ਹੈ ਤੇ ਇਹ ਬਾਈ ਦਾ ਕੰਟੈਕਟ ਨੰਬਰ ਆ ਤੇ ਹੁਣ ਪਿੱਛੇ ਤੋਂ ਦੇਖ ਸਕਦੇ ਆ ਇਹਦਾ ਕੀ ਵਰਕ ਆ ਜੀ ਇਹ ਹੈ ਆਪਣੇ ਦਹੀ ਆ ਗਈ ਦਹੀ ਕਹਿੰਦੇ ਆਪਾਂ ਪੰਜਾਬੀ ਦੇ ਵਿੱਚ ਇਹਨੂੰ ਹਾਂਜੀ ਤੇ ਇਹ ਜਿਮ ਲੌਕ ਹੋ ਜਾਂਦੀ ਹੈ ਜਿੱਥੇ ਮਰਜ਼ੀ ਲੌਕ ਕਰ ਲਓ ਇਹਨੂੰ ਠੀਕ ਹੈ ਉੱਥੇ ਖੜ ਜਾਣੀਆਂ ਨੇ ਜੇ ਬਾਕੀ ਹਾਂ ਜੇ ਵਜਨ ਜ਼ਿਆਦਾ ਲਾ ਰਹਾ ਗੱਡੀ ਤਾਂ ਇਹ ਮਗਰਲੇ ਪਾਸੇ ਵੀ ਆਪਾਂ ਲਾ ਸਕਦੇ ਇਹਨੂੰ ਵੀ ਲਾ ਰਹੀ ਹੋਊਗੀ ਜਿਵੇਂ ਇਹਦਾ ਕੰਮ ਹੁਣ ਮੇਰੇ ਆ ਗਈ ਸਮਝ ਇਹਦਾ ਕੰਮ ਉਦੋਂ ਆ ਜਿਵੇਂ ਆਪਾਂ ਵਜਨ ਪਾਲਿਆ ਵੱਧ ਹਾਂਜੀ ਆਪਾਂ ਗੱਡੀ ਮਗਰੋਂ ਕੱਢਤੀ ਟਰਾਲੀ ਮੂਹਰੋਂ ਚੱਕੀ ਜਾਂਦੀ ਹੈ ਹਾਂਜੀ ਤਾਂ ਜਿਵੇਂ ਮਗਰ ਗੱਡੀ ਦੇ ਪਈ ਵੀ ਆ ਡਈ ਸਿੱਟ ਦੋ ਇੱਥੋਂ ਆ ਲੌਕ ਲਾ ਦੇ ਉਹਨਾਂ ਇਹ ਲੌਕ ਲਾ ਦੇ ਤੇ ਮਤਲਬ ਗੱਡੀ ਆਪਣ ਜਿੱਥੇ ਨੂੰ ਰੋਕਣਾ ਉੱਥੇ ਰੁਕ ਜਾਣੀ ਠੀਕ ਹੈ ਜਿੱਥੇ ਤੁਸੀਂ ਕੱਢੋਗੇ ਉੱਥੇ ਆ ਜਾਓ ਉੱਥੇ ਆ ਕੇ ਪਾ ਲਓ ਹਾਂਜੀ ਠੀਕ ਹੈ ਤੇ ਇਹ ਚੀਜ਼ ਆ ਜੀ ਤੇ ਇਹ ਕਿੰਨੇ ਰੁਪਈਆਂ ਦੇ ਵਿੱਚ ਤਿਆਰ ਕਰ ਦਿੰਦੇ ਜੀ ਆਪਾਂ ਇਹਦੀ ਕੀਮਤ 80000 ਰੁਪਏ ਜੀ ਠੀਕ ਹੈ 80000 ਰੁਪਿਆ ਹਾਂਜੀ ਤੇ ਜੇ ਬੰਦੇ ਨੇ ਮੰਨ ਕੇ ਚਲੋ ਸਾਇਜ਼ ਦੇ ਵਿੱਚ ਵੱਡੀ ਛੋਟੀ ਹੋਰ ਬਣਵਾਉਣੀ ਹਾਂ ਹਾਂ ਉਹਦਾ ਰੇਟ ਤਾਂ ਥੋੜਾ ਡਿਫਰੈਂਸ ਜਿਹਾ ਹੋ ਜਾਊਗਾ ਜੀ ਤੇ ਆਪਾਂ ਬਣਾ ਦਿੰਨੇ ਆ ਉਹ ਹਾਂਜੀ ਹਾਂਜੀ ਤੇ ਇਧਰਲੀ ਸਾਈਡ ਆ ਜੀ ਤੇ ਆ ਹੁਣ ਇਹਦੇ ਸਾਇਜ਼ ਦਾ ਫਰਕ ਹੈ ਜੀ ਇਹਨਾਂ ਨੂੰ ਜਾਂ ਇਹ ਸਾਇਜ਼ ਦੇ ਵਿੱਚ ਇਹਦਾ ਮਾਡਲ ਦਾ ਫਰਕ ਹੈਗਾ ਇਹ ਮਾਡਲ ਇਹ ਵੱਖਰਾ ਆ ਗਿਆ ਥੋੜਾ ਜਿਹਾ ਇਹ ਸਿੱਧੀ ਆ ਗਈ ਇਹ ਬਾਡੀ ਬਾਹਰ ਆ ਗਈ ਇਹਦਾ ਜਿਵੇਂ ਕਿਹਦੀ ਆ ਤਾਂ ਆ ਗਈ ਜਮਾ ਮਿਲਟਰੀ ਵਾਲੀ ਹਾਂਜੀ ਹਾਂਜੀ ਜੀ ਮਿਲਟਰੀ ਲਾਈਨ ਕੋਲ ਹਾਂਜੀ ਸਾਢੇ 6 ਫੁੱਟ ਤੇ ਜੇ ਜਿਵੇਂ ਇਧਰ ਟਰਾਲੀ ਆਪਾਂ ਦੇ ਥੋੜੀ ਵੱਡੀ ਤਿਆਰ ਕਰੀ ਵੀ ਇੱਧਰ ਮਾਰਦੀ ਕੈਮਰਾ ਜਿਵੇਂ ਉਹਤੇ ਪੇਂਟ ਵੱਜਿਆ ਵਾ ਸੀ ਉਹਤੇ ਪਤਾ ਨਹੀਂ ਲੱਗਦਾ ਆ ਦੇਖ ਸਕਦੇ ਹੋ ਇੱਕ ਹੀ ਚਾਦਰਾ ਥੱਲਿਓ ਮਿੱਤਰੋ ਉਸੇ ਚਾਦਰ ਨੂੰ ਜਿਵੇਂ ਕਹਿੰਦੀ ਐਂਗਲ ਦਾ ਰੂਪ ਦਿੱਤਾ ਵਾ ਪੂਰਾ ਪਾਈਪ ਦਾ ਰੂਪ ਦਿੱਤਾ ਠੀਕ ਹੈ ਇਹ ਵੀਰ ਮਿੱਤਰੋ ਪੂਰੀਆਂ ਹੈਵੀ ਟਰਾਲੀਆਂ ਤਿਆਰ ਕਰਦਾ ਹਰ ਸਾਈਜ਼ ਦੇ ਵਿੱਚ ਤਿਆਰ ਕਰਦਾ ਜੇ ਤੁਹਾਨੂੰ ਵੈਸੇ ਤਾਂ ਮਿਸਤਰੀ ਬਾਈ ਕੱਚ ਸੜਦਾ ਨਹੀਂ ਵੀਚਣ ਵਾਲੀ ਟਰਾਲੀ ਦੇ ਵਿੱਚ ਯਕੀਨ ਕਿਸੇ ਵੀਰ ਨੇ ਕੋਈ ਆਪਦੇ ਮਨ 'ਚ ਹੁੰਦਾ ਜਹਿਨ 'ਚ ਹੁੰਦਾ ਵੀ ਆਹ ਚੀਜ਼ ਵੀ ਅਸੀਂ ਲਗਾਉਣੀ ਆ ਉਹ ਵੀ ਲੱਗ ਜਾਂਦੀ ਉਹ ਵੀ ਲੱਗ ਜਾਂਦੀ ਹੈ
ਚਲਾ ਤੇ ਉਹ ਟਰਾਲੀ ਵੀ ਦੱਸੋ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਆ ਵੀ ਕਿੱਦਾਂ ਦੀ ਲੱਗੀ ਬਣੀ ਵੀ ਜਿਵੇਂ ਕਹਿੰਦੀ ਹੈ ਬਾਈ ਮਿਸਤਰੀ ਦਾ ਕੱਚ ਸੜਦਾ ਨਹੀਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਜਦੋਂ ਟਰਾਲੀ ਮਿਸਤਰੀ ਤਿਆਰ ਹੋ ਗਈ ਪੇਂਟ ਦੀ ਹਾਂਜੀ ਪੇਂਟ ਦੀ ਕੁਆਲਿਟੀ ਪੂਰੀ ਪੇਂਟ ਦੀ ਪੂਰੀ ਕੁਆਲਿਟੀ ਹੈ ਪੇਂਟ ਦੀ ਪੂਰੀ ਫੁੱਲ ਕੁਆਲਿਟੀ ਆ ਅਤੇ ਬਾਕੀ ਡੈਕੋਰੇਸ਼ਨ ਵਾਲੀਆਂ ਤਾਂ ਮੰਨ ਕੇ ਚਲੋ ਬਾਈ ਰੀਝੇ ਹੀ ਲਾ ਜਾਂਦਾ ਅਤੇ ਇਹ ਕੰਮ ਦੇ ਵਿੱਚ ਕਿੰਨਾ ਕੁ ਟਾਈਮ ਹੋ ਗਿਆ ਆਪਾਂ ਨੂੰ ਪਿਆ ਨੂੰ ਜੀ ਆਪਾਂ ਨੂੰ 1.5 ਸਾਲ ਹੋ ਗਏ ਜੀ ਠੀਕ ਹੈ ਆ ਟਰਾਲੀਆਂ ਟਰਾਲੀਆਂ ਵੈਸੇ ਲੈਣ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਲੈਣ ਦੇ ਵਿੱਚ ਤਾਂ ਬਹੁਤ ਟਾਈਮ ਹੋ ਗਿਆ ਜੀ ਠੀਕ ਹੈ ਲੈਣ ਤੋਂ 95 ਤੋਂ ਪਏ ਤੇ ਲੈਣ ਦੇ ਵਿੱਚ ਬਹੁਤ ਟਾਈਮ ਹੋ ਗਿਆ ਤੇ ਇਹ ਬਹੁਤ ਟਾਈਮ ਦੀ ਨਿਸ਼ਾਨੀ ਮਿਸਤਰੀ ਕੋਲ ਇੱਧਰ ਮਾਰਦੀ ਕੈਮਰਾ ਆਹ ਖੜੀ ਆ ਦੇਖਣ ਨੂੰ ਹੀ ਲੱਗਦੀ ਹੈ ਮਿੱਤਰੋਂ ਮਸ਼ੀਨ ਜੀ ਬਾਈ ਮਿਸਤਰੀ ਕੋਲ ਅੰਗਰੇਜ਼ਾਂ ਵੇਲੇ ਦੀ ਹੈ ਐਂ ਲਾ ਲਓ ਵੀ ਬਹੁਤ ਟਾਈਮ ਪੁਰਾਣਾ ਬਾਈ ਮਿਸਤਰੀ ਇਹ ਕੰਮ ਦੇ ਵਿੱਚ ਪਿਆ ਵਾ ਤਾਂ ਕਰਕੇ ਕੰਮ ਦੀ ਕੁਆਲਿਟੀ ਪੂਰੀ ਫੁੱਲ ਆ ਜਿਵੇਂ ਕਹਿੰਦੀ ਉਮਰ ਦੇ ਨਾਲ ਨਾਲ ਐਕਸਪੀਰੀਅੰਸ ਦੀ ਪੂਰਾ ਫੁੱਲ ਜਿਵੇਂ ਵਾਧਾ ਹੋਇਆ ਵਾ ਨਾ ਜੀ ਤੇ ਦੱਬ ਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਜੀ ਓਕੇ ਹੈਗਾ।